हाँ जी सत श्री अकाल जी। ਤੁਹਾਡੀ ਕਮੈਂਟ ਤੋਂ ਲੱਗਦਾ ਵੀ ਤੁਸੀਂ ਕਹਿੰਦੇ ਵੀ ਬ੍ਰੋਕਰੇਜ ਮਣੀ ਜਿਹੜੀ ਹਰਾਮ ਦੀ ਹੈ ਕਮਾਈ ਆ, ਫਿਰ ਤੁਸੀਂ ਹਰਾਮ ਦੀ ਕਮਾਈ ਦੇ ਵਿੱਚ ਹਿੱਸਾ ਕਿਉਂ ਪਾ ਰਹੇ? ਟਰੱਕ ਚਲਾ ਰਹੇ, ਲੋਡ ਤਾਂ ਕਿਤੇ ਬ੍ਰੋਕਰ ਹੋ ਕੇ ਜਾ ਰਿਹਾ। ਫਿਰ ਤੁਸੀਂ ਵੀ ਉਹ ਪਿਛਲੀ ਵੀਡੀਓ ਜੋ ਮੈਂ ਕਿਹਾ ਉਹੀ ਆ, ਤੁਹਾਡੇ ਤੇ ਵੀ ਲਾਗੂ ਹੁੰਦੀ ਗੱਲ। ਕਣਕ ਵੇਚਣ ਜਾਂਦੇ ਅੱਗੇ ਆੜਤੀ ਆ ਬੈਠੇ, ਅੱਗੇ ਫਿਰ ਬੈਠੇ ਆ ਬਿਜ਼ਨਸਮੈਨ ਇੰਡੀਆ ਵੀ, ਕਿਉਂ ਪਾਉਂਦੇ ਜੇ ਹਿੱਸਾ ਫਿਰ ਹਰਾਮ ਦੀ ਕਮਾਈ ਚ? ਤੇ ਤੁਸੀਂ ਕਹਿੰਦੇ ਹਰਾਮ ਦੀ ਕਮਾਈ ਨਹੀਂ ਗਈ ਹੈਗੀ, ਇੱਕ ਪਹਿਲੇ ਨੰਬਰ ਤੇ ਬ੍ਰੋਕਰ ਚ ਮਣੀ ਸੇਵ ਨਹੀਂ ਹੁੰਦੀ। ਕਦੀ ਕੀਤੀ ਆ? ਕੀਤਾ ਕੰਮ ਬ੍ਰੋਕਰ ਵਾਲਾ? ਦੇਖ ਜਾ ਕੇ ਰੀਅਲ ਅਸਟੇਟ ਏਜੰਟ ਬਿਲੀਅਨਰ ਟ੍ਰਿਲੀਅਨਰ ਬਣੇ ਪਏ ਆ। ਡੋਨਲਡ ਟਰੰਪ ਦਾ ਨਾਂ ਤਾਂ ਸੁਣਿਆ ਹੋਣਾ, ਚੱਲ ਦੂਜਿਆਂ ਦੇ ਕੀ ਨਾਂ ਲੈਣੇ ਆ। ਬ੍ਰੋਕਰ ਮਣੀ ਆ ਸਾਰੀ ਉਹ। ਜਾ ਕੇ ਲਾਸ ਵੇਗਸ ਦੇਖ ਕਸੀਨੋ, ਦੱਸ ਬ੍ਰੋਕਰ ਦੀ ਗੱਲ ਕਰਦਾ ਦਾ ਦੂਜੂ ਇਹਨੇ ਧੰਨ ਧੰਨ ਕਰਾਈ ਪਈ ਆ। ਤੇ ਜੇ ਟਰੱਕਾਂ ਵਾਲੇ ਬ੍ਰੋਕਰ ਤੇ ਹੀ ਆ ਜਾਈਏ, ਜਾਂ ਦੇਖ ਲੈ ਕੰਪਨੀਆਂ ਕਿੰਨੀਆਂ ਹੀ, ਸੀ ਐਚ ਰਾਬਿਨਸਨ, ਫੈਡਐਕਸ, ਐਮਾਜ਼ਾਨ, ਪੁਰਾਣੀਆਂ ਕਹਿੰਗਾ ਇਹਦੇ ਪੁਰਾਣੇ ਹੀ ਉਹ ਅਜੇ ਲੈ, ਉਬਰ, ਕੋਈਟੀ, ਕੌਨਵਾਏ, ਕਰ ਗੱਲ, ਐਕਸਪੀਓ, ਇਹ ਸਾਰੀਆਂ ਬ੍ਰੋਕਰ ਕੰਪਨੀਆਂ ਹੀ ਆ। ਗਾਹ ਪਾਇਆ ਪਿਆ ਅਗਲਿਆਂ ਨੇ, ਪੈਸੇ ਨਹੀਂ ਪੱਛਦੇ ਬੱਲੇ ਉਹ ਤੇਰੇ। ਡਿਸਪੈਚਿੰਗ ਕੰਪਨੀਆਂ ਦੇਖ ਲਾ ਕਿੰਨੀਆਂ ਆ, ਅੱਗੇ ਬ੍ਰੋਕਰ ਵੀ ਹੈਗੀਆਂ ਆਲੇ ਪੰਡਾਲ ਬ੍ਰਦਰਸ ਨੇ ਗਾਹ ਪਾਇਆ ਹੋਇਆ, ਖਿੱਚ ਕੇ ਕਰਾਉਂਦੇ ਨਾ ਚੀਮਾ ਟਰਾਂਸਪੋਰਟ, ਦੱਸ ਬਣਦੇ ਕਿ ਨਹੀਂ? ਅਗਲਿਆਂ ਦਾ ਨਾਂ ਚੱਲਦਾ, ਐਵੇਂ ਨਹੀਂ ਚਵਲਾਂ ਮਾਰੀ ਚਾਹੀਦੀਆਂ ਹੁੰਦੀਆਂ। ਪਤਾ ਨਹੀਂ ਤੈਨੂੰ ਕਿੰਨੇ ਬ੍ਰੋਕਰ ਦੀ ਟਰਾਂਸਲੇਸ਼ਨ ਕਰਕੇ ਦਿੱਤੀ ਹੋਣੀ ਆ, ਜਾ ਕੇ ਡੈਫੀਨੇਸ਼ਨ ਪੜ੍ਹੀ ਦੀ ਹੁੰਦੀ। ਥੈਂਕ ਯੂ। ਤੇ ਜੇ ਜੋ ਵੀ ਹੋਵੇ ਵਾਧੂ ਆ ਹਰਾਮ, ਜੇ ਹਰਾਮ ਦੀ ਵੀ ਕਮਾਈ ਕਹਿਣੀ ਆ ਨਾ, ਹਰਾਮ ਦੀ ਹੈਨੀ ਗੀ, ਜੇ ਕਹਿਣੀ ਆ ਦੇਖ ਹਰਾਮੀਆਂ ਨੂੰ ਵਾਧੂ ਕੁਝ ਫੜਿਆ ਹੋਇਆ। ਪੈਸਾ ਪੈਸਾ ਹੀ ਹੁੰਦਾ, ਅਗਲੇ ਬੰਦੇ ਨੂੰ ਸਾਂਭਣਾ ਆਉਣਾ ਚਾਹੀਦਾ, ਇਨਵੈਸਟਮੈਂਟ ਕਰਨੀ ਆਉਣੀ ਚਾਹੀਦੀ ਆ, ਠੀਕ ਹੈ ਨਾ? ਜਿਵੇਂ ਵੀ ਆ ਜੇ, ਇਹ ਗੱਲ ਬਹੁਤ ਸਮਝਣ ਦੀ ਲੋੜ ਆ।